ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਆ ਨਵੀਂ ਇਨਫੋਰਮੇਸ਼ਨ ਜੋ ਕਿ ਜਾਰੀ ਕੀਤੀ ਗਈ ਹੈ ਡੀ ਐਮ ای ਆਰ ਵੱਲੋਂ ਸੋ ਨਵਾਂ ਨੋਟੀਫਿਕੇਸ਼ਨ ਇੰਪੋਰਟੈਂਟ ਜਾਣਕਾਰੀ ਹੈ ਜੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬ ਲਵੋ ਜੀ ਤੇ ਲੈ ਕੇ ਚੱਲਦੇ ਆ ਜੀ ਤੁਹਾਨੂੰ ਅੱਜ ਦੀ ਲੇਟੈਸਟ ਇਨਫੋਰਮੇਸ਼ਨ ਤੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ हां जी ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਆਂ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਸੋ ਨੋਟੀਫਿਕੇਸ਼ਨ ਆਇਆ ਜੀ ਆਨਲਾਈਨ ਕਾਉਂਸਲਿੰਗ ਦਾ ਕਾਉਂਸਲਿੰਗ ਦੇ ਨਾਲ-ਨਾਲ ਇਹ ਏਟ ਅ ਟਾਈਮ ਜੁਆਇਨਿੰਗ ਲੈਟਰ ਵੀ ਦਿੱਤੇ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਸਬਮਿਸ਼ਨ ਆਫ ਦਾ ਪ੍ਰੋਸੀਡਿੰਗ ਆਫ ਸਿਲੈਕਸ਼ਨ ਕਮੇਟੀ ਇਨ ਦਾ ਪ੍ਰਸੈਂਸ ਆਫ ਐਡਵਰਟਾਈਜ਼ਮੈਂਟ ਨੰਬਰ ਡੀ ਐਮ ای ਆਰ ਰਿਕਰੂਟਮੈਂਟ 2022 1 ਫਾਰ ਦਾ ਸੀਨੀਅਰ ਰੈਜ਼ੀਡੈਂਟਸ ਡੈਮੋਨਸਟੇਟਸ ਫਾਰ ਵੇਰੀਅਸ ਡਿਪਾਰਟਮੈਂਟ ਔਨ ਟੈਂਡਰ ਬੇਸਿਸ ਇਨ ਮੈਡੀਕਲ ਕਾਲਜ ਔਨ ਦਾ ਸਟੇਟ ਥਿਸ

13 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ 13 ਤਰੀਕ ਨੂੰ ਕਾਉਂਸਲਿੰਗ ਰੱਖੀ ਗਈ ਆ 8 ਵਜੇ ਠੀਕ ਹੈ ਜੀ ਸ਼ਾਪਲਾਈਨ ਦਾ ਆਡੀਟੋਰੀਅਮ ਆਫ ਕਲਪਨਾ ਚਾਵਲਾ ਗਵਰਨਮੈਂਟ ਮੈਡੀਕਲ ਕਾਲਜ ਕਰਨਾਲ ਕੈਂਡੀਡੇਟ ਨੇ ਹਰਿਆਣਾ ਮੈਡੀਕਲ ਕਾਉਂਸਲ ਤੋਂ ਰਜਿਸਟਰਡ ਹੋਣਾ ਚਾਹੀਦਾ ਤੇ ਡੈਂਟਲ ਕਾਉਂਸਲ ਤੋਂ ਤੇ ਹਰਿਆਣਾ ਸਟੇਟ ਕਾਉਂਸਲ ਤੋਂ ਠੀਕ ਹੈ ਜੀ ਇਹਨਾਂ ਚੋਂ ਨਾਲ ਰਜਿਸਟਰਡ ਹੋਣਾ ਚਾਹੀਦਾ ਫਿਜ਼ੀਕਲ ਪ੍ਰੈਸੇਡੈਂਸ ਜ਼ਰੂਰੀ ਆ ਪਾਸਪੋਰਟ ਰੀਸੈਂਟ ਪਾਸਪੋਰਟ ਸਾਈਜ਼ ਚਾਰ ਫੋਟੋ ਚਾਹੀਦੀਆਂ ਨੇ ਠੀਕ ਹੈ ਜੀ ਆਨਲਾਈਨ ਕਾਉਂਸਲਿੰਗ ਹੋਊ ਸੌਰੀ ਕਾਉਂਸਲਿੰਗ ਹੋਗੀ ਨਾਲ ਹੀ ਜਿਹੜੇ ਸ਼ਾਰਟਲਿਸਟਡ ਸਿਲੇਕਟਡ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਆਫਰ ਲੈਟਰ ਪ੍ਰੋਵਾਈਡ ਜੁਆਇਨਿੰਗ ਲੈਟਰ ਸੌਰੀ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਸੋ एलिजिਬਲ ਕੈਂਡੀਡੇਟ ਜਿਹੜੇ ਨੇ ਐਗਜ਼ਾਮ ਦਿੱਤਾ ਸੀ ਜਿਨ੍ਹਾਂ ਦੀ ਸਿਲੇਕਸ਼ਨ ਹੋਈ ਸੀ ਉਹ ਸਾਰੇ ਜ਼ਰੂਰ ਜਾਣ ਜੀ ਨੋਟੀਫਿਕੇਸ਼ਨ ਹੈ ਸੌਰੀ ਨੋਟੀਫਿਕੇਸ਼ਨ ਹੈ ਆਊਟ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਡਾਇਰੈਕਟਰ ਕਲਪਨਾ ਚਾਵਲਾ ਗਵਰਨਮੈਂਟ ਮੈਡੀਕਲ ਕਾਲਜ ਕਰਨਾਲ ਵੱਲੋਂ ਦਾ ਡਾਇਰੈਕਟਰ ਜਨਰਲ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਹਰਿਆਣਾ ਠੀਕ ਹੈ ਜੀ ਸੋ ਜਿਹੜੇ ਵੀ ਸ਼ਾਰਟਲਿਸਟਡ ਕੈਂਡੀਡੇਟ ਸੀ ਸੋ ਉਮੀਦ ਹੈ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਦੀ ਨਾਲ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਹੋਪ ਕਰਦੇ ਹਾਂ ਕਿ ਜਲਦੀ ਹੀ ਪੰਜਾਬ ਦੀਆਂ ਜਿਹੜੀਆਂ 922 ਪੋਸਟਾਂ ਦੀ ਉਹਨਾਂ ਨੂੰ ਵੀ ਜੁਆਇਨਿੰਗ ਲੈਟਰ ਬੱਚਿਆਂ ਨੂੰ ਜਲਦੀ ਮਿਲਣਗੇ ਸੋ ਲੈ ਕੇ ਆਵਾਂਗੇ ਨਵੀਂ ਇਨਫੋਰਮੇਸ਼ਨ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਮੈਡੀਕਲ ਫੀਲਡ ਨਾਲ ਜੁੜੀ ਹੋਈ ਹਰ ਇੱਕ ਇੰਪੋਰਟੈਂਟ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਜਾਣਕਾਰੀ ਆਪਾਂ ਲੈ ਕੇ ਆਉਂਦੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਧੰਨਵਾਦ